कल मीह दा पानी लाया नू 6-7 दिन बाद लग्या पानी आपे इहनू कल मीह दा मैं तां कहिंदा रहिण दिंदे हजे पाउण नू कुछ नहीं पाई हले हो जाणी है पीली पूली है नहीं कि स्प्रे करा दिंदे आ पानी जे सुके तो दिन हले 6 ही होया है अज दौड़दा होया अज तां ਸਾਦੇ ਆ ਬੋੜੀ ਦੇ ਵਿੱਚ ਜੋ ਵਿੱਚ ਟਾਂਡੇ ਹੁੰਦੇ ਆ ਨਾ ਉਹ ਕੋਈ ਕੋਈ ਖਾਸ ਗੱਲ ਨਹੀਂ ਉਹਦੀ ਪਰ ਵਿੱਚ ਜੋ ਤੂੰ ਦੇਖੇਗਾ ਸਿਆੜ ਚਾਰ ਛੱਡ ਕੇ ਤਾਂ ਸਹੀ ਨਿਕਲੂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਕਰਦੇ ਹਾਂ ਵੀਡੀਓ ਦੀ ਸ਼ੁਰੂਆਤ ਫਿਰ ਅਤੇ ਆ ਗਏ ਸੀ ਆਪਣੇ ਮੱਕੀ ਵਾਲੇ ਖੇਤ ਇਹ ਖੇਤ ਆਪਣਾ ਰਹਿ ਗਿਆ ਸੀਗਾ ਅਤੇ ਬਾਹਰਲੇ ਖੇਤ ਆਪਾਂ ਮੱਕੀ ਵੱਢ ਲਈ ਸੀਗੀ ਜਾਣੀ ਉਹਨੂੰ 10-11 ਦਿਨ ਹੋ ਗਿਆ ਮੰਨ ਕੇ ਚੱਲੇ ਆਪਾਂ ਜਾਣੀ 23 ਤਰੀਕ ਨੂੰ ਵੱਢੀ ਸੀ ਉਹ ਮੱਕੀ 23 ਆਪਣੀ ਜੂਨ ਨੂੰ ਅਤੇ ਜੁਲਾਈ ਚੱਲ ਪਈ ਆ ਅਤੇ ਅੱਜ ਤਰੀਕ ਹੈਗੀ ਹੈ 6 ਅਤੇ ਇੱਕੋ ਦਿਨ 27 ਫਰਵਰੀ ਨੂੰ ਬੀਜੀਆਂ ਸੀਗੀਆਂ ਮੱਕੀਆਂ ਆਪਾਂ ਅਤੇ ਇਹ ਮੱਕੀ ਹਰੀ ਸੀਗੀ ਇਹਦਾ ਕਾਰਨ ਸੀਗਾ ਜਿਵੇਂ ਆਪਾਂ ਉਲਟਾਵਾਂ ਮਾਰ ਲੈਂਦੇ ਹਾਂ ਅਤੇ ਪਹਿਲਾਂ ਪੈਲੀ 'ਚ ਉਲਟਾਵਾਂ ਫੇਰਿਆ ਨਹੀਂ ਸੀ ਇਹ 'ਚ ਅਤੇ ਇਸ ਵਾਰ ਜਾਣੀ ਪੂਰੀ ਪੋਲ ਕਹਿ ਲਈਏ ਪੈਲੀ 'ਚ ਸੀਗੀ ਮੱਕੀ ਵੀ ਇਹ 'ਚ ਪੂਰੀ ਜ਼ੋਰਦਾਰ ਹੋਈ ਹੈ ਜਾਣੀ ਜੰਮ ਸੀਗੀ ਅਤੇ ਹਜੇ ਵੀ ਪੱਤੇ ਹਰੇ ਬਾਈ ਮਾਰਦੇ ਅਤੇ ਟਾਂਡਾ ਹਜੇ ਹਰਾ ਵਾ ਜਾਣੀ ਅਤੇ ਪਾਣੀ ਨੂੰ ਇਹਨੂੰ ਜਾਣੀ 20 ਦਿਨ ਤੋਂ ਉੱਪਰ ਹੀ ਹੋ ਗਿਆ ਤਕਰੀਬਨ ਬੰਦ ਕੀਤੇ ਇਹਨੂੰ ਵੱਢਣੀ ਸੀ ਕੱਲ੍ਹ ਇਹ ਅਤੇ ਕੱਲ੍ਹ ਮੀਂਹ ਪੈਣ ਲੱਗ ਗਿਆ ਫਿਰ ਉਹਦੇ ਕਰਕੇ ਕੰਮ ਕੈਂਸਲ ਹੋ ਗਿਆ ਆਪਣਾ ਅਤੇ ਅੱਜ ਕੱਲ੍ਹ ਨੂੰ ਵੀ ਵੱਧ ਪਿਆ ਜਾਣੀ ਸ਼ਰਾਟਾ ਅਤੇ ਹਜੇ ਵੀ ਚੱਲੀ ਜਾਂਦਾ ਕਿਣਮਣ ਜੀ ਚੱਲੀ ਜਾਂਦੀ ਹੈ ਅਤੇ ਮੇਸੀ ਆਇਆ ਸੀਗਾ ਯੂਰੀਆ ਚੱਕਣ ਸੋਸਾਇਟੀ 'ਚੋਂ ਅਤੇ ਹੁਣ ਕੰਮ ਕੈਂਸਲ ਹੋ ਗਿਆ ਮੀਂਹ ਕਰਕੇ ਬਾਕੀ ਰਾਹ ਰੂਹ ਦੇਖ ਸਕਦੇ ਹਾਂ ਆਪਣੇ ਕੱਚਾ ਰਾਹ ਜਿਹੜਾ ਇੱਧਰ ਪਿੰਡੋਂ ਨਿਕਲਦਾ ਵਾ ਅਤੇ ਆ ਗਈ ਧੁੱਪ ਵਾਲੀ ਮੋਟਰ ਅਤੇ ਬਾਕੀ ਪੁੱਛਦੇ ਮੇਸੀ ਨੂੰ ਕਿਵੇਂ ਆ ਮੱਕੀ ਉਹੇ ਜਾ ਵੀ ਵੱਢ ਦਿੱਤਾ ਬੰਦਾ ਮੱਕੀ ਤੇਰਾ ਪਰਦੇ ਪੱਕ ਗਿਆ ਨਾ ਹੂੰ ਤਾਂ ਜਾਂਚ ਆ ਹਜੇ ਵੀ ਦੇਖ ਜਿਵੇਂ ਪਾਣੀ ਵੀ ਬੰਦ ਕੀਤੇ ਨੂੰ ਵੀ ਆਪਣੇ ਮੈਂ ਕਹਿੰਦਾ 20 ਦਿਨ ਤਾਂ ਉੱਪਰ ਹੀ ਹੋ ਗਿਆ ਇਹਨੂੰ 20 ਦਿਨ ਹੋ ਹੀ ਗਏ ਇਹਨੂੰ ਤਕਰੀਬਨ ਵਿੱਚ ਮੀਂਹ ਜਿਹਾ ਪਿਆ ਸੀ ਇੱਕ 15 ਦਿਨ ਤਾਂ ਉਹਨੂੰ ਵੱਡੇ ਨੂੰ ਹੋ ਗਿਆ ਤੇ ਪਰ ਉਹ ਸੁੱਕ ਗਈ ਆ ਹੁਣ ਤਾਂ ਪਰ ਜਾਣੀ ਜਾਨ ਹੈਗੀ ਆ ਟਾਂਡਿਆਂ 'ਚ ਹਜੇ ਵੀ ਤੇ ਪਰ ਜਾਣੀ ਛੱਲੀ ਨਹੀਂ ਆਪਾਂ ਕਹਿ ਸਕਦੇ ਹਜੇ ਵੀ ਐਂ ਪੁੱਠੀ ਹੋਈ ਆ ਹੁਣ ਸੁੱਕ ਤਾਂ ਗਈ ਆ ਜ਼ਰੂਰ ਪਰ ਟਾਂਡਾ ਜੜ ਤੋਂ ਹਜੇ ਵੀ ਹਰਾ ਪਿਆ ਵਾ ਉੱਤੋਂ ਉੱਤੋਂ ਪੱਤੇ ਜੇ ਸੁੱਕੇ ਆ ਮਾੜਾ ਮੋਟਾ ਗਿੱਲਾ ਹੋ ਤਾਂ ਮਸ਼ੀਨ ਚੱਲੂਗਾ ਮਸ਼ੀਨ ਤਾਂ 4x4 ਆ ਉਹ ਐਂ ਪਾਣੀ 'ਚ ਸੌਖੀ ਚੱਲੂ ਜਿਵੇਂ ਹੁਣ ਪਾਣੀ ਖੜਾ ਵਾ ਜਿਵੇਂ ਉਹ ਸੁੱਕ ਗਿਆ ਇਹ ਇਹਦਾ ਬਾਹਰ ਖੜਾ ਕੇ ਵੀ ਪੈ ਜਾਣੇ ਆ ਦਾਣੇ ਆਪਣੇ ਜਿਵੇਂ ਇੱਧਰ ਵੀ ਰਾਹ ਹੈਗਾ ਵਾ ਇੱਕ ਇੱਧਰ ਵੀ ਹੈਗਾ ਵਾ ਮਸ਼ੀਨ ਇਹਦਾ ਨਹੀਂ ਚੱਕਰ ਹੈਗਾ ਲੰਮਾ ਘੇਰਾ ਵਾ ਇਹਦਾ ਜਿਵੇਂ ਉੱਧਰ ਦਾਣੇ ਪਵਾ ਲਏ ਇੱਧਰ ਪਵਾ ਲਏ ਇਹਦਾ ਨਹੀਂ ਕੋਈ ਚੱਕਰ ਹੈਗਾ ਗੱਲ ਤਾਂ ਇਹ ਵੱਢ ਕੇ ਸੁਕਾਵਾਂਗੇ ਕਿੱਥੇ ਹਜੇ ਐਂ ਤਾਂ ਸੌਖੀ ਆ ਇਹ ਖੜੀ ਹੈ ਜਿਵੇਂ ਪਰ ਜੇ ਪੁੱਠੀ ਹੋਵੇ ਫਿਰ ਇਦੂ ਵੀ ਸੌਖੀ ਹੈ ਜਿਵੇਂ ਮੂੰਹ ਥੱਲੇ ਨੂੰ ਹੋ ਜਾਂਦਾ ਨਾ ਜਿਵੇਂ ਲੇਕਿਨ ਸਰਦਾਰ ਜੀ ਇੱਕ ਗੱਲ ਹੈ ਮੱਕੀ ਜਿਹੜਾ ਹੈ ਨਾ ਇੱਕ ਇੱਕ ਟਾਂਡੇ ਵੀ ਚਾਲੇ ਨਾ ਹੁੰਦਾ ਇਦੂ ਕੱਟ ਵੀ ਚਾਹੀਦਾ ਪਰ ਜੇ ਜ਼ਿਆਦਾ ਪਿੜ ਲਈ ਹੁੰਦੀ ਆ ਤੇ ਫਿਰ ਤੋਤੇ ਬਹੁਤ ਤੰਗ ਕਰਦੇ ਆ ਇਹ ਆਪਣੀ ਚਾਰ ਲਈ ਬੀਜੀ ਹੋਈ ਆ ਨਾ ਕਿ ਪਕਾਉਣ ਲਈ ਇਹ ਦੋਨੇ ਹਿਸਾਬ ਨਾਲ ਬੀਜੀ ਹੋਈ ਆ ਇਹ ਤਾਂ ਆਪਾਂ ਸਕੀਮ ਬਦਲੀ ਕਰਤੀ ਤੇ ਨਹੀਂ ਤਾਂ ਇਹਦਾ ਚਾਰ ਹੋਣ ਨੂੰ ਤਾਂ ਮਹੀਨਾ ਹੋ ਜਾਣਾ ਸੀਗਾ ਇਹਦਾ ਪਈ ਹੋਈ ਨੂੰ ਚਾਰ ਪਾ ਦੇਣਾ ਸੀ ਆਪਾਂ ਅਚਾਰ ਲਈ ਫੁੱਲ ਵਧੀਆ ਹੈ ਹਾਂ ਤੇ ਇਹ ਆਪਾਂ ਇਹ ਦੋਨੇ ਸਕੀਮਾਂ ਜੀ ਬੀਜੀ ਸੀ ਇਹ ਜਦੋਂ ਟਾਂਡੇ ਇੱਕ ਨਾ ਹੋਵੇ ਨਾ ਬਸ ਫੁੱਟ ਕਟਾਂਡੇ ਹੋਊਗਾ ਨਹੀਂ ਫੁੱਟ ਤਾਂ ਹੋਊਗਾ ਪਰ ਛੱਲੀ ਹੁਣ ਵੀ ਇਹਦਾ ਝਾੜ ਉਹਦਾ 44 ਕੁਇੰਟਲ ਹੋਇਆ ਇਹਦਾ ਉਹਦੇ ਨੂੰ ਘਟਣਾ ਨਹੀਂ ਚਾਹੀਦਾ ਜੇ ਮੀਂਹ ਤੋਂ ਬਚ ਗਈ ਤਾਂ ਕਿਉਂਕਿ ਮੀਂਹ ਨੇ ਪੰਗਾ ਪੈਂਦਾ ਨਾ ਇਹਦਾ ਸੁਕਾਉਣ ਦਾ ਹਜੇ ਇਹਨੂੰ ਐਂ ਕੋਈ ਖਤਰਾ ਨਹੀਂ ਹੈਗਾ ਕੋਈ ਚੱਕਰ ਨਹੀਂ ਹੈਗਾ ਇਹਦਾ ਕੋਈ ਚੱਕਰ ਨਹੀਂ ਮੱਕੀ ਦੇਖ ਸਕਦੇ ਆ ਪੂਰੀ ਹਾਈਟ 'ਚ ਅਤੇ ਇਹ ਸਾਈਡ ਵਾਲੀ ਆ ਗਈ ਇੱਧਰੋਂ ਧੁੱਪ ਜ਼ਿਆਦਾ ਪੈਂਦੀ ਸੀ ਇੱਧਰੋਂ ਪੱਤੇ ਕਰ ਗਈ ਸੀ ਪੀੜੇ 'ਚ ਪਰ ਫਿਰ ਵੀ ਤੁਸੀਂ ਦੇਖ ਸਕਦੇ ਜਿਵੇਂ ਆਹ ਕਨਾਰੀ ਵਾਲੇ ਆ ਸਿਆੜ ਅਤੇ ਪੱਤੇ ਹਜੇ ਵੀ ਇਹ 'ਚ ਜਾਣੀ ਟਾਂਡੇ ਹਰੇ ਪਏ ਆ 4 ਮਹੀਨੇ ਦੀ ਹੋ ਗਈ ਇਹ ਮੱਕੀ 27 ਫਰਵਰੀ ਤੋਂ ਗਿਣ ਸਕਦੇ ਕਿੰਨੇ ਦਿਨ ਹੋ ਗਏ ਅਤੇ ਮੱਕੀ ਦਾ ਅਤੇ ਛੱਲੀਆਂ ਦਾ ਮੂੰਹ ਹਜੇ ਵੀ ਉੱਪਰ ਨੂੰ ਆ ਮਤਲਬ ਪੁੱਠੀਆਂ ਨਹੀਂ ਹੋਈਆਂ ਸਾਰੀ ਛੱਲੀ ਦਾ ਜਿਹੜੇ ਮੂੰਹ ਆ ਛੱਲੀਆਂ ਦੇ ਇੱਦਾਂ ਥੱਲੇ ਨੂੰ ਹੋਣੇ ਚਾਹੀਦੇ ਸੀ ਫਿਰ ਇਹ 'ਚ ਪਾਣੀ ਬਿਲਕੁਲ ਵੀ ਨਹੀਂ ਪੈਂਦਾ ਪਰ ਹੁਣ ਵੀ ਬੰਦ ਆ ਇਹ ਕੋਈ ਚੱਕਰ ਨਹੀਂ ਹੈਗਾ ਅਤੇ ਵਾਰੀ ਇਹਦੀ ਕੱਲ੍ਹ ਸੀਗੀ ਵੱਢਣ ਦੀ ਜੇ ਉਹੀ ਕੱਲ੍ਹ ਵੱਢ ਲੈਂਦੇ ਤਾਂ ਫਿਰ ਸਾਂਭਣੀ ਔਖੀ ਹੋ ਜਾਣੀ ਸਮਾਂ ਦੀ ਕਿਉਂਕਿ ਮੌਸਮ ਦੱਸਿਆ ਹੋਇਆ ਇੱਦਾਂ ਹੀ ਵਿਗੜਿਆ ਹੋਇਆ ਵਾ ਅਤੇ ਬਾਕੀ ਚੱਲਦੇ ਬਾਹਰਲੇ ਖੇਤ ਦਿਖਾਉਂਦੇ ਪਨੀਰੀ ਕਿਵੇਂ ਆ ਪੀਰ 126 ਦੀ
ਤੇ ਮੀਂਹ ਫੇਰ ਝੜੀ ਜੇ ਨੂੰ ਸਟਾਰਟ ਹੋ ਗਿਆ ਪੂਰਾ। ਇੱਧਰ ਹੀ ਕੱਢ ਲੈਂਦੇ, ਦੇਖਦੇ ਆ ਰਾਹ ਕਿਵੇਂ ਆ। ਸ਼ੁਰੂ ਹੋਇਆ ਮੈਂ ਸੀ ਚੱਲੀਏ ਸ਼ੁਰੂ ਹੋਇਆ ਹੁਣ ਉਹ ਦਿਲ ਛੱਡ ਜਾਣਾ ਛੇਤੀ। ਲੋਕੀ ਤਾਂ ਕਹਿੰਦੇ ਮੋਟਰਾਂ ਸਾਡੇ ਬੰਦ ਆ, ਤੇਰੀਆਂ ਮੋਟਰਾਂ ਚੱਲਦੀਆਂ ਸੀਗੀਆਂ ਕੱਲ ਵੀ। ਮੋਟਰ ਤੇ ਜਨਰੇਟਰ ਲਾਉਣ ਵਾਲੇ ਸੀ ਸਰਦਾਰ ਜੀ ਕਾਇਮ ਵਾਲੇ, ਤੌਕਾ ਪਾਣੀ ਨਹੀਂ ਸੀ। ਪਤਾ ਨਹੀਂ ਲੋਕੀ ਦਾ ਕਹਿੰਦੇ ਮੋਟਰਾਂ ਤੇਰਾ ਕਿਤੇ ਰੱਖ ਲੈ ਵੇਲਾ ਸੀਗਾ ਤਾਂ ਪਤਾ ਨਹੀਂ। ਆ ਗਏ ਆ ਬਾਹਰਲੇ ਖੇਤ ਤੇ ਦਿਖਾਉਨੇ ਆ, ਤੇ ਮੱਕੀ ਵਾਲੀ ਵੀ ਵਾਹੀ ਨਹੀਂ ਸੀ ਆਪਾਂ ਹਜੇ, ਤੇ ਇਹਦਾ ਕੋਈ ਵਾਲਾ ਚੱਕਰ ਨਹੀਂ ਹੈਗਾ, ਰੂਟਾਵੇਟਰ ਨਾਲ ਕੱਦੂ ਹੋ ਜਾਣਾ। ਤੇ ਬਾਕੀ ਮੱਕੀ ਆਪਣੀ ਹੈ ਜਿਹੜੀ, ਅਤੇ ਮੱਕੀ ਆਪਣੀ ਹੋ ਗਈ ਹੈ ਇਹ ਤਕਰੀਬਨ 80 ਕੁ ਦਿਨ ਦੀ ਹੋ ਜਾਣੀ ਹੈ ਇਹ। 15 ਤਰੀਕ ਤੱਕ ਆਪਣਾ ਗੇੜ ਹੈਗਾ, ਅਤੇ ਵਾਲ ਕਾਲੇ ਹੋ ਗਏ ਇਹਦੇ ਮੱਕੀ ਦੇ। ਅਤੇ ਬਾਕੀ ਦਿਖਾਉਂਦੇ ਹਾਂ ਪਨੀਰੀ, ਅਤੇ ਪਨੀਰੀ ਨੂੰ ਆਪਾਂ ਕੁਛ ਨਹੀਂ ਪਾਇਆ। 22 ਤਰੀਕ ਨੂੰ ਬੀਜੀ ਸੀ ਆਪਾਂ, ਜਾਣੀ ਯੂਰੀਆ, ਇਹਨੂੰ ਕੁਛ ਨਹੀਂ ਪਾਇਆ ਬਾਅਦ 'ਚ ਹਰੀ ਹੋਣ ਤੋਂ ਬਾਅਦ। ਅਤੇ ਕੱਲ੍ਹ ਮੀਂਹ ਦਾ ਪਾਣੀ ਲਾਇਆ ਇਹਨੂੰ, 6-7 ਦਿਨ ਬਾਅਦ ਲੱਗਿਆ ਪਾਣੀ ਆਪੇ ਹੀ ਇਹਨੂੰ ਕੱਲ੍ਹ ਮੀਂਹ ਦਾ। ਮੈਂ ਤਾਂ ਕਹਿੰਦਾ ਰਹਿਣ ਦਿੰਦੇ ਹਜੇ ਪਾਉਣ ਨੂੰ, ਕੁਛ ਨਹੀਂ ਪਾਈ ਹੋ ਜਾਣੀ ਹੈ ਇਹ। ਪੀਲੀ ਪੂਲੀ ਹੈ ਨਹੀਂ ਕਿ ਸਪਰੇਅ ਕਰਾ ਦਿੰਦੇ ਹਾਂ ਪਾਣੀ ਜੇ ਸੁੱਕੇ ਤੋਂ। ਜੈਂਕ ਲੋਹੇ ਵਾਲੀ ਪਨੀਰੀ ਹੈ ਵਾਧੂ ਆਪਣੇ ਸਰ ਜਾਣਾ। ਪਨੀਰੀ ਹਜੇ ਪਨੀਰੀ ਆਪਣੇ ਹਜੇ ਬੀਜੀ ਨੀ ਗੀ। ਨਿੰਦੀ ਕਹਿੰਦਾ ਮੈਨੂੰ ਦੇ ਦੀ, ਹਰਜਿੰਦਰ ਕਹਿੰਦਾ ਮੈਨੂੰ ਦੇ ਦੀ, ਜੀਤਾ ਸਰਦਾਰ ਕਹਿੰਦਾ ਮੈਨੂੰ ਦੇ ਦੀ। ਮੈਂ ਕਿਹਾ ਹਜੇ ਇਹਦਾ ਮੈਂ ਡਰੇ ਹੋਏ ਉਈ ਕਹੀ ਜਾਂਦੇ ਵਾ। ਡਾਕਟਰ ਕੱਲ ਆਇਆ ਅੱਜ, ਪਹਿਲਾਂ ਮੇਰਾ ਨੰਬਰ ਆ ਹੈ ਹਾਮੀ ਕਿਸ ਨੂੰ ਨਹੀਂ ਪੜੀ ਹੈਗਾ। ਨਹੀਂ ਹਾਮੀ ਦਾ ਹੁਣ ਲਾ ਕੇ ਦਵਾਂਗੇ ਆਪਾਂ ਆਪਦਾ, ਕਿਉਂਕਿ ਇਹ ਨਾ ਕਿਉਂਕਿ ਇਹ ਲੱਗਦੀ ਬਹੁਤ ਆ ਪਨੀਰੀ ਇਹਦੇ ਨਾਲ ਲੱਗੇ। ਆਹੋ ਉਹ ਚਲੋ ਉਹਦਾ ਫਿਰ ਔਕੇ ਲੱਗ ਜੂਗਾ, ਪਰ ਮੈਂ ਉਹ ਕਹਿੰਦਾ ਵੀ ਇਹਨੂੰ ਕੁਛ ਨਹੀਂ ਪਾਉਣਾ ਜੇ ਮਹੀਨੇ ਦੀ ਵੀ, ਜੇ ਮਹੀਨੇ ਦੀ ਵੀ ਹੋ ਗਈ ਇਹਦਾ ਕੋਈ ਚੱਕਰ ਨਹੀਂ। ਜਦੋਂ ਇਹਦੇ ਪਕਾਵੀ ਪੱਕਵੀ ਜੀ ਹੋ ਜਾਂਦੀ ਹੈ ਨਾ ਇਹ ਪੱਕੀ ਹੋਈ, ਉਦੋਂ ਚੱਕਰ ਪੈਂਦਾ ਇਹਨੂੰ। ਪਿਛਲੇ ਵਾਰੀ ਆਪਾਂ 22 ਦਿਨਾਂ ਦੀ ਲਾਤੀ ਸੀ ਇਹ। ਹਾਂ ਤਾਂ ਇਹ ਜਿਹੜਾ ਪੱਟ ਉੱਥੇ ਮਹੀਨੇ 'ਤੇ ਲੱਗ ਗਿਆ ਪੂਰਾ, ਅਤੇ ਇਹਨੂੰ ਹੁਣ ਮਿਹਨਤ ਥੋੜ੍ਹੀ ਕਰ ਦਿੰਦਾ ਵੀ ਨਹੀਂ ਕਰਾਂਗੇ ਇਹਨੂੰ, ਬਸ ਆਪਦੇ ਜ਼ੋਰ 'ਤੇ ਜਿੰਨੀ ਹੋਊਗੀ ਫਿਰ ਪੱਕੂ ਜਾਣਾ ਇਹ। ਹਾਂ ਠੀਕ ਹੈ, ਪਨੀਰੀ ਤਾਂ ਬਹੁਤ ਵਧੀਆ ਹੋਈ ਉਸ ਹਿਸਾਬ ਨਾਲ। ਉੱਥੇ ਡੁੱਲ ਗਏ ਸੀ ਉਦਣ ਬੋਰੀ 'ਚ, ਰੇੜਾ ਖੜਾਇਆ ਜਾ ਉਹ ਨੱਕਾ ਟੁੱਟ ਗਿਆ ਸੀ ਉਦਣ, ਆਪੇ ਹੀ ਮੋਟਰਾਂ ਚੱਲਦੀਆਂ ਦੋਨੇ ਮੱਕੀ ਨੂੰ। ਦੇਖ ਤਾਂ ਕਿੰਨਾ ਕੁ ਦਾਣਾ ਬਣਿਆ ਵਾ ਇਹਦਾ, ਚੱਲੀਏ ਫਿਰ। ਇਹਦਾ ਤਾਂ ਕੋਈ ਚੱਕਰ ਨਹੀਂ, ਆ ਇੱਥੋਂ ਦੇ ਲੰਘੇ ਸਾਰੇ ਟੈਂਕ ਆ ਦੇ, ਉਹਦੇ ਹਜੇ ਵੀ ਉਹ ਲੀ ਉਹਦੀ ਹੈ ਟੈਂਕ, ਉਦੋਂ ਗਾ ਫਿਰ ਉੱਧਰ ਸਿੱਧੀ ਉਹ ਉੱਥੇ ਸੜਕ 'ਤੇ ਪਾਰ ਬੱਸ ਨਹੀਂ ਹੈਗਾ। ਬਸ ਨਹੀਂ, ਇਹ ਤਾਂ 3-4 ਦਿਨ ਅੱਗ ਲਾਈ ਨਹੀਂ ਸੀ, ਇਹ ਤਾਂ ਮਾੜੀ ਜਿਹੀ ਹੁੰਦੀ ਹੈ, ਕੋਈ ਖਾਸ ਨਹੀਂ ਅੱਗ ਦਾ ਹੁੰਦਾ ਇਹ 'ਚ। ਇਹ ਤਾਂ ਜੇ ਨਾ ਵੀ ਬਹੂਗੀ ਤਵੀਆਂ ਨਾਲ ਆਪਣੀ ਰੂਟਾਵੇਟਰ ਨਾਲ ਹੀ ਹੋ ਜਾਣਾ ਕੰਮ ਇਹਦਾ, ਇਹਦਾ ਹੀ ਆ ਚੱਕਰ ਜਿਹੜਾ ਹੈਗਾ। ਅਤੇ ਮੱਕੀ ਜਿਹੜੀ ਵੱਢਣ ਵਾਲੀ ਆਪਣੀ, ਇਹ ਤਾਂ ਫਿਰ ਆ ਪੁਲੀਆਂ ਪਾਲੀਆਂ ਨਵੀਆਂ ਬਣਾਈਆਂ ਸਾਰੀਆਂ, ਫਿਰ 16 ਫੁੱਟ ਕਰਤੀ ਹੁਣ ਪਹੀ। ਵਾਲ ਦੇ ਤਾਂ ਕਿਵੇਂ ਲੱਗਦੇ ਤਾਂ ਕਾਲੇ ਆ, ਬਾਕੀ ਜਿਹੜੀ ਦਾਣੇ ਇਹ ਸਿਰੇ ਵਾਲੇ ਤੇ ਲੱਗੀ ਵੀ ਛੱਲੀ ਵੀ ਬਾਅਦ 'ਚ ਲੱਗਦੀ ਹੁੰਦੀ ਹੈ ਨਾ, ਟਾਂਡੇ ਮਾੜੇ ਹੁੰਦੇ ਨਾ ਸਾਈਡ ਵਾਲੇ, ਦੁੱਧ ਆ ਜਿਹਾ ਹੋਣਾ ਇਹ ਤਾਂ ਹਲੇ ਦੁੱਧ ਆ ਹੈ। ਹਾਂ ਬਾਕੀ ਜੇ ਦਿਨ ਆਏ ਰਹੇ ਤਾਂ ਪੱਕਦੀ ਵੀ ਘੱਟ ਆ ਨਾ, ਫਿਰ ਦੁੱਧ ਆ ਹੀ ਆ ਇਹ ਤਾਂ, ਦੁੱਧ ਨਹੀਂ ਹੈ ਜੀ। ਪਰ ਲੋਕ ਪਾਈ ਜਾਂਦੇ ਆ ਛੇਤੀ ਛੇਤੀ। ਹਾਂ ਉਹ ਸਿਰਿਆਂ ਦੇ ਤਾਂ ਮਾੜੀ ਮੋਟੀ ਜਿਵੇਂ ਬੋੜੀ ਹੁੰਦੀ ਹੈ, ਜਿਵੇਂ ਆਹ ਮੱਕੀ ਹੁਣ ਕਿਤੇ ਵੀ ਆ ਪੈਣ ਵਾਲੀਆਂ ਛੱਲੇ ਇਹਨੂੰ ਦਾਣੇ, ਕਿਉਂਕਿ ਇਹਦਾ ਜ਼ੋਰ ਜਿਹਾ ਲਾਈ ਜਾਂਦੇ ਹੁੰਦੇ ਸਿਰਿਆਂ ਦੇ, ਵਿੱਚ ਹੋਣਗੇ ਦਾਣੇ ਸਹੀ ਸਾਰੀਆਂ ਦੇ। ਸਹੀ ਆ, ਮੇਸੀ ਗਿਆ ਵਿੱਚ ਕਹਿੰਦਾ ਦਾਣੇ ਬੋੜੇ ਆ ਛੱਲੀਆਂ ਜਿਹੜੀਆਂ ਵੀ ਬੋੜੀਆਂ ਵਾ, ਪਰ ਜਿਹੜੇ ਸਿਰਿਆਂ 'ਤੇ ਹੁੰਦੇ ਇਹ ਟਾਂਡੇ ਥੋੜ੍ਹੇ ਕਮਜ਼ੋਰ ਆ ਇਹਦੇ ਸਾਈਡ ਵਾਲੇ। ਅਤੇ ਚੈੱਕ ਕਰਨ ਗਿਆ ਵਾ ਹੁਣ ਮੇਸੀ ਅੰਦਰ, ਅਤੇ ਮੌਸਮ ਪੂਰਾ ਠੰਡਾ ਹੋ ਗਿਆ, ਇੱਕ ਚਾਲ 'ਤੇ ਚੱਲ ਰਿਹਾ ਮੀਂਹ ਜਾਣੀ। ਆਹ ਤਾਂ ਇੱਥੇ ਵਾਹ ਕੇ ਸਿੱਧੀ ਹੋ ਜਾਣੀ ਤੇਰੀ, ਉਹ ਖੇਤ 'ਚ ਹੀ ਗਿਆ ਹੋਇਆ ਘਾਹ ਜਿਹਾ ਧੱਕ ਕੇ, ਉਹ ਬੱਟ ਜਦੋਂ ਪਿੱਛੇ ਉਸਿਆ ਹੈ ਤੋੜ ਕੇ ਲਿਆ ਛੱਲੀ ਇੱਕ ਅੱਧੀ, ਵੀ ਕਿਵੇਂ ਆ ਦਾਣੇ ਪਤਾ ਲੱਗੂ ਫੇਰ ਹੀ ਆ।
हाँ बच्चे ठीक है बच्चे बंजन हले दिन हले छे ही होया है आज हाँ दो दा होया जी का यादें आप बोड़ी है बच्चे जो बच्चे टांडे होंदे हैं ना वो कोई कोई खास गल नहीं होती पर बच्चे जो तू देखेगा साढ़े चार साढ़े के तब सही निकलूं मक्की जेड़े साहब ना पहला हरी हुई सी वो तो लगता सी भी ये बौनी ना पै जाए मैं तो ऐ लगता सी क्योंकि डी ए पी का चक्कर पै गया ऊँ का कद का पूरा कर गई है भी चूंडन आली हो गई है जे 15 तरीक नूं 80 दिन दी हो जाऊगा उस हिसाब नाल 20 तरीक चाहिए 25 उस हिसाब नाल आलू वाले हिसाब नाल क्योंकि दिन ठंडे चल रहे जे गर्मी पूरी होंगी 10 तरीक नहीं 8 नूं मौसम रसूगा मैं वही कहना भी 8 तरीक तक ही लोट आ जाना सी इन्हें नहीं चुप कर आका अपने 22 तरीक का पंजरी लाया है मैंने 15 छड़ के 18 नूं भी पाई हां कोई चक्कर नहीं 1.5 दिन का काम अपना जे सही काम चल रहा मशीन 1.5 दिन च पा देना उन्होंने वो किराए ते पौना आपा उन्होंने तो उदो बंदे आ मिलू एकदम पानी छड़ के 2 दिन दे लग चल हैगा टाइम हजे ਕਿਵੇਂ ਸਵਾਦ ਆ ਇਹ ਚ ਤਾਂ ਦਾਣੇ ਘੱਟ ਆ ਇਹ ਗੁੱਲ ਜੇ ਚ ਹਨਾ ਇਹ ਚ ਘੱਟ ਲਿਆਈਏ ਖਾਈਏਗਾ ਨਹੀਂ ਬਸ ਇੱਥੇ ਪੱਠੇ ਲੈਣ ਆਉਣਾ ਫਿਰ ਸ਼ਾਮ ਨੂੰ ਲੈ ਜਾਵਾਂਗੇ ਜੇ ਮੀਂਹ ਹਟਿਆ ਤਾਂ ਹੁਣ ਬਾਕੀ ਚੱਲਦੇ ਫਿਰ ਘਰ ਨੂੰ ਮੀਂਹ ਕਾਫੀ ਤੇਜ਼ ਹੋ ਗਿਆ ਤੇ ਫਿਰ ਰੇ ਹੁਣ ਲਿਜਾਣਾ ਕੀ ਕਰਨਾ ਫਿਰ ਹੁਣ ਰੇ ਕੀ ਭਾਈ ਤੇ ਰੇ ਮੇਸੀ ਨੇ 19 ਤਰੀਕ ਨੂੰ ਝੋਨਾ ਲਾਇਆ ਹੋਇਆ ਪੂਛਾ ਤੇ ਰੇ ਹਜੇ ਉਹਨੂੰ ਪਹਿਲਾਂ ਵੀ ਨਹੀਂ ਲੱਗਿਆ ਤੇ ਲੇਟ ਆ ਫਿਰ ਤੇਰਾ ਕੰਮ ਫੇਰ ਤੂੰ ਕਹਿੰਦਾ ਅੱਜ ਬੂਝਾ ਨਹੀਂ ਬਣਾਉਂਦਾ ਮਾੜਾ ਹੋ ਗਿਆ ਬਲੰਨਾ ਹੋ ਗਿਆ ਹੈ ਸਰਦਾਰ ਜੀ 19 ਦਾ ਲੈਣਾ ਹਾਂ ਡੱਲੇ ਰਾਸ਼ਟ ਗੱਟੇ ਮੈਂ ਪਾ ਵੀ ਤੇ ਫਿਰ ਨਾਲੇ ਕਹਿੰਦਾ ਮੈਂ ਪਾਇਆ ਨਹੀਂ ਫਿਰ ਝੂਠ ਬੋਲੀ ਜਾਂਦਾ ਨਾਲੇ ਤੇ ਬਾਕੀ ਕਰਦੇ ਆ ਵੀਡੀਓ ਬੰਦ ਫਿਰ ਮਿਲਦੇ ਆ ਕਿਸੇ ਹੋਰ ਵੀਡੀਓ 'ਚ